ਤੋ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਥੇਰ ਸਾਡੇ ਨਾਲ ਨੇ ਮੀਤ ਜੀ ਦੂਜੀ ਵਾਰ ਹਲਕੇ ਦੀ ਜਨਤਾ ਨੇ ਭਰੋਸਾ ਜਤਾਇਆ ਔਰ ਸਰਕਾਰ ਬਣਦੀ ਪਾਰਟੀ ਨੇ ਵੀ ਭਰੋਸਾ ਜਤਾਇਆ ਜ਼ਿੰਮੇਵਾਰੀ ਨੂੰ ਕਿਵੇਂ ਵੇਖ ਰਹੇ ਹੋ ਹਾਂ ਬੜੀ ਵੱਡੀ ਜ਼ਿੰਮੇਵਾਰੀ ਹੈ ਜੀ ਖੁਸ਼ੀ ਵੀ ਹੈ ਉਹਦੇ ਨਾਲ ਨਾਲ ਪ੍ਰੈਸ਼ਰ ਵੀ ਹੈ ਕਿਉਂਕਿ ਜਿੱਡੀ ਵੱਡੀ ਰਿਸਪੌਂਸਿਬਿਲਟੀ ਹੈ ਉਹਨਾਂ ਥੋੜੀ ਜਿਹੜਾ ਪ੍ਰੈਸ਼ਰ ਹੈ ਉਹ ਵੱਜ ਜਾਂਦਾ ਹੈਗਾ ਡਿਲੀਵਰ ਕਰਨ ਦਾ ਸੋ ਹੁਣ ਲੋਕਾਂ ਨੇ ਆਪਣਾ ਫਰਜ਼ ਨਿਭਾਤਾ ਹੁਣ ਸਾਡੀ ਫਰਜ ਹੈਗਾ ਕਿ ਅਸੀਂ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਇਮਾਨਦਾਰੀ ਨਾਲ ਨਿਭਾਈਏ ਜਿਹੜੀਆਂ ਲੋਕਾਂ ਨਾਲ ਕਮਿਟਮੈਂਟਸ ਕੀਤੀਆਂ 5 ਸਾਲ ਦਿਨ ਰਾਤੇ ਕਰਦੀ ਉਹਨਾਂ ਕਮਿਟਮੈਂਟਸ ਨੂੰ ਪੂਰਾ ਕਰਨ ਦੇ ਲਈ ਪਾਰਟੀ ਕੀ ਜ਼ਿੰਮੇਵਾਰੀਆਂ ਸਰਕਾਰ ਕੀ ਜ਼ਿੰਮੇਵਾਰੀ ਦੇਣ ਜਾ ਰਹੀ ਹੈ ਜਾਂ ਤੁਹਾਨੂੰ ਕੀ ਲੱਗਦਾ ਹੈ ਕਿ ਭਈ ਮੈਂ ਇਸ ਚੀਜ਼ 'ਚ ਬੈਸਟ ਆਂ ਔਰ ਇਹ ਚੀਜ਼ੇ ਮੈਨੂੰ ਮਿਲ ਜਾਏ ਤਾਂ ਮੈਂ ਇਸਨੂੰ ਹੋਰ ਅੱਗੇ ਲੈ ਕੇ ਜਾ ਸਕਦਾ ਮੈਨੂੰ ਤਾਂ ਇਹ ਨਹੀਂ ਸੀ ਪਤਾ ਮੈਂ ਪੋਲਿਟਿਕਸ ਲਈ ਬੈਸਟ ਆਂ ਮੈਂ ਤਾਂ ਜਦੋਂ ਲੱਗਿਆ ਸੀ ਇੱਕ ਬਦਲਾਅ ਲਈ ਲੱਗਿਆ ਸੀ ਯੂਪੀਐਸਸੀ ਦੀ ਤਿਆਰੀ ਛੱਡ ਕੇ 2012 ਤੋਂ ਲੱਗਿਆ ਹੋਇਆ ਬੂਥ ਵਲੰਟੀਅਰ ਪਾਰਟੀ ਨੇ 27 ਸਾਲ ਦੀ ਉਮਰ 'ਚ ਪਹਿਲੀ ਵਾਰੀ ਐਮਐਲਏ 32 ਸਾਲ ਦੀ ਉਮਰ 'ਚ ਦੂਜੀ ਵਾਰੀ ਐਮਐਲਏ ਹਨਾ ਕਦੇ ਸੋਚਿਆ ਹੀ ਨਹੀਂ ਸੀ ਵੀ ਕਦੇ ਰਾਜਨੀਤੀ ਚਾਹਾਂਗੇ ਉਹ ਪਰਿਵਾਰ ਜਿਹਦੇ ਘਰੋਂ ਕਦੇ ਕੋਈ ਪੰਚ ਵੀ ਨਹੀਂ ਬਣਿਆ ਕੋਈ ਐਮਸੀਬੀ ਵੀ ਨਹੀਂ ਬਣਿਆ ਤੇ ਪਾਰਟੀ ਨੇ ਦੋ ਵਾਰੀ ਐਮਐਲਏ ਬਣਾ ਦੇਣਾ ਲੋਕਾਂ ਨੇ ਨਾਲ ਸਾਥ ਦੇਣਾ ਵੱਡੇ ਵੱਡੇ ਲੀਡਰ ਕਿਉਂਕਿ ਮੇਰੇ ਅੰਗੇ ਤੁਸੀਂ ਬਰਨਾਲੇ ਤੋਂ ਪਤਾ ਵੀ ਕੌਣ ਕੌਣ ਉੱਥੋਂ ਲੜਦਾ ਰਿਹਾ ਜਿਹੜੇ ਸਰਕਾਰਾਂ ਫਾਈਨਾਂਸ ਕਰਦੇ ਸੀ ਉਹ ਬੰਦੇ ਉਥੋਂ ਲੜਦੇ ਰਹੇ ਤੇ ਮੀਤ ਨੇ ਕਿਸੇ ਨੂੰ ਕਦੇ ਮੈਨੂੰ ਲੱਗਦਾ ਇਲੈਕਸ਼ਨ ਚ ਲੋਕ ਆਪ ਹੀ ਖਰਚਾ ਕਰਦੇ ਆ ਚਾਹਦਾ ਕੰਮ ਵੀ ਨਹੀਂ ਪਿਆ ਤੇ ਲੋਕਾਂ ਨੇ ਦੂਜੀ ਵਾਰੀ ਐਮਐਲਏ ਬਣਾਇਆ ਤੇ ਪਾਰਟੀ ਨੇ ਬੜਾ ਹੁਣ ਮਾਨ ਸਨਮਾਨ ਬਖਸ਼ਿਆ ਮੈਂ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਹੜੇ ਦੁਆਰਾ ਦੁਆਰਾ ਇਹਨਾਂ ਮਾਨ ਸਨਮਾਨ ਬਖਸ਼ਦੇ ਆ ਪਹਿਲਾਂ ਅਕੀਲਾ ਸਵਾਲ ਮੈਂ ਕਹੂੰਗਾ ਕਿ ਪ੍ਰਾਇਓਰਟੀ ਕੀ ਹੈ ਮਤਲਬ ਤੁਹਾਡੀ ਆਪ ਦੀ ਪਰਸਨਲ ਪ੍ਰਾਇਓਰਟੀ ਕੀ ਔਰ ਤੁਹਾਨੂੰ ਕੀ ਲੱਗਦਾ ਥੋੜੀ ਦੇਰ ਚ ਜਿਹੜੀ ਕੈਬਨਿਟ ਮੀਟਿੰਗ ਹੈ ਕਿਹੜਾ ਵੱਡਾ ਫੈਸਲਾ ਪੰਜਾਬ ਦੇ ਹਿੱਤ ਤੋਂ ਕੈਬਨਿਟ ਤੋਂ ਨਿਕਲਣਾ ਚਾਹੀਦਾ ਜੋ ਕਰਪਸ਼ਨ ਪੰਜਾਬ ਚ ਜ਼ੀਰੋ ਕਰਨੀ ਹੈ ਕਰਪਸ਼ਨ ਜ਼ੀਰੋ ਹੋਊਗੀ ਉਹਦੇ ਨਾਲ ਤੁਸੀਂ ਦੇਖ ਲਓ ਆਪ ਦੇ ਆਪ ਸਾਰੇ ਮਹਿਕਮੇ ਚ ਸੁਧਾਰ ਆਊਗਾ ਅੱਜ ਹਰ ਮਹਿਕਮਾ ਫਸਿਆ ਹੋਇਆ ਕਿਉਂ ਹੈ ਨੀਚੇ ਕੋ ਜਾ ਰਿਹਾ ਹੈ ਸਰਕਾਰੀ ਸਿਸਟਮ ਹੈ ਜਿਹੜਾ ਬਰਬਾਦ ਕਿ ਹੋ ਰਿਹਾ ਉਹਦਾ ਇੱਕੋ ਕਾਰਨ ਹੈ ਕਰਪਸ਼ਨ ਕਰਪਸ਼ਨ ਕੰਟਰੋਲ ਹੋਗੀ ਤਾਂ ਸਰਕਾਰ ਕੋਲ ਰੈਵਨਿਊ ਵੀ ਆਊਗਾ ਮਾਫੀਆ ਬੰਦ ਹੋਊਗਾ ਉਹ ਰੈਵਨਿਊ ਜੇ ਇਮਾਨਦਾਰੀ ਨਾਲ ਲੱਗੂਗਾ ਜਿਹੜੀ ਸੜਕ 10 ਲੱਖ ਨਾਲ ਬਣਦੀ ਹੈ 10 ਚ ਬਣੂਗੀ ਤਾ ਆਪਣੇ ਆਪ ਸਾਰੇ ਕਿਤੇ ਸੁਧਾਰ ਆਊਗਾ ਕਰਾਪਸ਼ਨ ਕੰਟਰੋਲ ਹੋ ਜੇ ਆਪਦੇ ਆਪ ਸਭ ਕੁਝ ਠੀਕ ਹੋ ਜੇ ਕਿਉਂਕਿ ਦਿੱਲੀ ਚ ਅਸੀਂ ਕਰਾਪਸ਼ਨ ਕੰਟਰੋਲ ਕੀਤੀ ਜਿਹੜੀ ਦਿੱਲੀ ਦੀ ਕਮਾਈ 30000 ਕਰੋੜ ਸੀ ਅੱਜ 70000 ਕਰੋੜ ਤੇ ਲੈ ਗਏ ਉਸੇ ਕਮਾਈ ਨਾਲ ਸਕੂਲ ਹਸਪਤਾਲ ਬਣੇ ਪੰਜਾਬ ਦੇ ਵਿੱਚ ਵੀ ਕਰਾਪਸ਼ਨ ਕੰਟਰੋਲ ਕਰਾਂਗੇ ਤੇ ਰੈਵਨਿਊ ਵਧਾ ਕੇ ਉਹ ਰੈਵਨਿਊ ਨਾਲ ਪੰਜਾਬ ਦੇ ਲੋਕਾਂ ਨੂੰ ਸੁਲਤਾਨ ਧੰਨਵਾਦ ਮੀਥੇਰ ਜੀ ਗੱਲਬਾਤ ਕਰਨ ਦੇ ਲਈ ਸੋ ਗੁਰਮੀਤ ਸਿੰਘ ਮੀਥੇਰ ਬਰਨਾਲੇ ਤੋਂ ਐਮ ਐਲ ਏ ਔਰ ਕੈਬਨਿਟ ਦੇ ਵਿੱਚ ਇਤ ਕੀ ਸ਼ਾਮਲ ਹੋਏ ਨੇ ਔਰ ਸਾਫ ਤੌਰ ਤੇ ਕਹਿ ਰਹੇ ਨੇ ਕਿ ਕਰਾਪਸ਼ਨ ਪਹਿਲੀ ਪ੍ਰਾਇਰਟੀ ਹੈ ਜਿਸ ਦੇ ਲਈ ਹੈਲਪਲਾਈਨ ਨੰਬਰ 23 ਤਰੀਕ ਨੂੰ ਜੁਕੀ ਮਾਨ ਸਾਹਿਬ ਕਹਿ ਰਹੇ ਨੇ ਕਿ ਐਲਾਨ ਕਰ ਚੁੱਕੇ ਨੇ ਉਹ ਜਾਰੀ ਕੀਤਾ ਜਾਏਗਾ ਔਰ ਲੀਕੇਜ ਖਤਮ ਕਰਕੇ ਮਾਲੀਆ ਵਧਾਣ ਦਾ ਟੀਚਾ ਪਹਿਲਾ ਹੈਗਾ